ਨੈਚੁਰਲੀ ਉਹ ਲੋਕ ਬਹੁਤ ਪਿਆਰ ਕਰਦੇ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਜੀ ਦੇ ਉੱਥੇ ਕਿੰਨੀਆਂ ਚੀਜ਼ਾਂ ਨੇ ਸਾਡੀ ਧਰਮ ਨਾਲ ਸੰਬੰਧਿਤ, ਵਿਰਾਸਤ ਨਾਲ ਸੰਬੰਧਿਤ ਸਜਦਾ ਕਰਨਾ ਚਾਹੁੰਦੇ ਸੀਗੇ, ਔਰ ਅਸੀਂ ਬਲੈਸਡ ਹਾਂ ਕਿ ਸਾਨੂੰ ਉਹ ਮੌਕਾ ਮਿਲਿਆ। ਔਰ ਜਦੋਂ ਅਸੀਂ ਉੱਥੇ ਗਏ ਉਹਨਾਂ ਲੋਕਾਂ ਦੀ ਸਾਨੂੰ ਮੁਹੱਬਤ ਮਿਲੀ ਅਤੇ ਬਹੁਤ ਵਧੀਆ ਲੱਗਾ। ਚੰਗੇ ਗੁਆਂਢੀਆਂ ਵਾਂਗੂ ਰਹੀਏ, ਇੱਕ ਦੂਜੇ ਦਾ ਸਤਿਕਾਰ ਕਰੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਮੁਹੱਬਤਾਂ ਵੰਡੀਏ, ਅਸੀਂ ਉਹਨਾਂ ਦੇ ਕੰਮ ਆਈਏ, ਉਹ ਸਾਡੇ ਕੰਮ ਆਉਣ, ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੋਰ ਜ਼ਿਆਦਾ ਸੋਹਣੀ ਹੋਵੇ। ਜਦੋਂ ਤੁਸੀਂ ਪਾਕਿਸਤਾਨ ਗਏ ਸੀ ਗੁਰਦੁਆਰਾ ਸਾਹਿਬ, ਤੁਸੀਂ ਜਦੋਂ ਵਲੌਗ ਬਣਾਇਆ ਸੀਗਾ ਆਪਣਾ, ਅਤੇ ਮੈਨੂੰ ਸੱਚੀ ਵਲੌਗ ਬੜਾ ਪਿਆਰਾ ਲੱਗਿਆ, ਕਿਉਂਕਿ ਉਸ ਵਲੌਗ ਦੇ ਵਿੱਚ ਮੈਨੂੰ ਅਲੱਗ ਦੁਨੀਆ ਨਜ਼ਰ ਆਈ। ਉਹ ਅਲੱਗ ਦੁਨੀਆ ਸੀਗੀ ਜਿਹੜੀ ਸਾਡੀ ਆਪਣੀ ਹੋਈ ਹੈ, ਕਿਉਂਕਿ ਬੋਲੀ ਆਪਣੀ ਆ, ਲੋਕ ਆਪਣੇ ਆ। ਉਹ ਜਿਹੜਾ ਫੀਲ ਤੁਸੀਂ ਉੱਥੇ ਜਾ ਕੇ ਫੀਲ ਕੀਤਾ, ਉਹ ਮੈਂ ਜਾਣਨਾ ਚਾਹੁੰਗਾ ਕਿ ਅਨੀਤਾ ਦੇਵਗਨ ਨੂੰ ਕੀ ਲੱਗਿਆ ਕਿ ਹਾਂ ਯਾਰ ਵੀ ਇਹ ਲੋਕ ਬਾਰਡਰ ਤੋਂ ਪਾਰ ਕਿਉਂ ਨੇ, ਵੀ ਮਤਲਬ ਹੈ ਇੱਕੋ ਹੀ ਬੋਲੀ ਇੱਕ ਆ, ਜਾਂ ਕੋਈ ਐਸੀ ਚੀਜ਼ ਜਿਹੜੀ ਤੁਸੀਂ ਮਹਿਸੂਸ ਕੀਤੀ ਹੋਈ ਉਹਨਾਂ ਲੋਕਾਂ ਦੇ ਅੰਦਰ? ਕਿਉਂਕਿ ਮੈਂ ਇਹ ਚੀਜ਼ ਓਬਜ਼ਰਵ ਕੀਤਾ, ਇੱਥੇ ਦੇ ਕਲਾਕਾਰ ਜਦੋਂ ਉੱਥੇ ਜਾਂਦੇ ਆ ਨਾ, ਉਹਨਾਂ ਨੂੰ ਐਵੇਂ ਲੱਗਦਾ ਜਿਵੇਂ ਯਾਰ ਸਾਡੇ ਕੋਲ ਪਤਾ ਨਹੀਂ ਕੌਣ ਆ ਗਿਆ। ਨੈਚੁਰਲੀ ਉਹ ਲੋਕ ਬਹੁਤ ਪਿਆਰ ਕਰਦੇ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਜੀ ਦੇ ਉੱਥੇ ਕਿੰਨੀਆਂ ਚੀਜ਼ਾਂ ਨੇ ਸਾਡੀ ਧਰਮ ਨਾਲ ਸੰਬੰਧਿਤ, ਵਿਰਾਸਤ ਨਾਲ ਸੰਬੰਧਿਤ ਸਜਦਾ ਕਰਨਾ ਚਾਹੁੰਦੇ ਸੀਗੇ, ਔਰ ਅਸੀਂ ਬਲੈਸਡ ਹਾਂ ਕਿ ਸਾਨੂੰ ਉਹ ਮੌਕਾ ਮਿਲਿਆ। ਔਰ ਜਦੋਂ ਅਸੀਂ ਉੱਥੇ ਗਏ ਉਹਨਾਂ ਲੋਕਾਂ ਦੀ ਸਾਨੂੰ ਮੁਹੱਬਤ ਮਿਲੀ ਅਤੇ ਬਹੁਤ ਵਧੀਆ ਲੱਗਾ। ਚੰਗੇ ਗੁਆਂਢੀਆਂ ਵਾਂਗੂ ਰਹੀਏ, ਇੱਕ ਦੂਜੇ ਦਾ ਸਤਿਕਾਰ ਕਰੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਮੁਹੱਬਤਾਂ ਵੰਡੀਏ, ਅਸੀਂ ਉਹਨਾਂ ਦੇ ਕੰਮ ਆਈਏ, ਉਹ ਸਾਡੇ ਕੰਮ ਆਉਣ, ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੋਰ ਜ਼ਿਆਦਾ ਸੋਹਣੀ ਹੋਵੇ। ਨੈਚੁਰਲੀ ਉਹ ਲੋਕ ਬਹੁਤ ਪਿਆਰ ਕਰਦੇ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਜੀ ਦੇ ਉੱਥੇ ਕਿੰਨੀਆਂ ਚੀਜ਼ਾਂ ਨੇ ਸਾਡੀ ਧਰਮ ਨਾਲ ਸੰਬੰਧਿਤ, ਵਿਰਾਸਤ ਨਾਲ ਸੰਬੰਧਿਤ ਸਜਦਾ ਕਰਨਾ ਚਾਹੁੰਦੇ ਸੀਗੇ, ਔਰ ਅਸੀਂ ਬਲੈਸਡ ਹਾਂ ਕਿ ਸਾਨੂੰ ਉਹ ਮੌਕਾ ਮਿਲਿਆ। ਔਰ ਜਦੋਂ ਅਸੀਂ ਉੱਥੇ ਗਏ ਉਹਨਾਂ ਲੋਕਾਂ ਦੀ ਸਾਨੂੰ ਮੁਹੱਬਤ ਮਿਲੀ ਅਤੇ ਬਹੁਤ ਵਧੀਆ ਲੱਗਾ। ਚੰਗੇ ਗੁਆਂਢੀਆਂ ਵਾਂਗੂ ਰਹੀਏ, ਇੱਕ ਦੂਜੇ ਦਾ ਸਤਿਕਾਰ ਕਰੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਮੁਹੱਬਤਾਂ ਵੰਡੀਏ, ਅਸੀਂ ਉਹਨਾਂ ਦੇ ਕੰਮ ਆਈਏ, ਉਹ ਸਾਡੇ ਕੰਮ ਆਉਣ, ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੋਰ ਜ਼ਿਆਦਾ ਸੋਹਣੀ ਹੋਵੇ। ਜਦੋਂ ਤੁਸੀਂ ਪਾਕਿਸਤਾਨ ਗਏ ਸੀ ਗੁਰਦੁਆਰਾ ਸਾਹਿਬ, ਤੁਸੀਂ ਜਦੋਂ ਵਲੌਗ ਬਣਾਇਆ ਸੀਗਾ ਆਪਣਾ, ਅਤੇ ਮੈਨੂੰ ਸੱਚੀ ਵਲੌਗ ਬੜਾ ਪਿਆਰਾ ਲੱਗਿਆ, ਕਿਉਂਕਿ ਉਸ ਵਲੌਗ ਦੇ ਵਿੱਚ ਮੈਨੂੰ ਅਲੱਗ ਦੁਨੀਆ ਨਜ਼ਰ ਆਈ। ਉਹ ਅਲੱਗ ਦੁਨੀਆ ਸੀਗੀ ਜਿਹੜੀ ਸਾਡੀ ਆਪਣੀ ਹੋਈ ਹੈ, ਕਿਉਂਕਿ ਬੋਲੀ ਆਪਣੀ ਆ, ਲੋਕ ਆਪਣੇ ਆ। ਉਹ ਜਿਹੜਾ ਫੀਲ ਤੁਸੀਂ ਉੱਥੇ ਜਾ ਕੇ ਫੀਲ ਕੀਤਾ, ਉਹ ਮੈਂ ਜਾਣਨਾ ਚਾਹੁੰਗਾ ਕਿ ਅਨੀਤਾ ਦੇਵਗਨ ਨੂੰ ਕੀ ਲੱਗਿਆ ਕਿ ਹਾਂ ਯਾਰ ਵੀ ਇਹ ਲੋਕ ਬਾਰਡਰ ਤੋਂ ਪਾਰ ਕਿਉਂ ਨੇ, ਵੀ ਮਤਲਬ ਹੈ ਇੱਕੋ ਹੀ ਬੋਲੀ ਇੱਕ ਆ, ਜਾਂ ਕੋਈ ਐਸੀ ਚੀਜ਼ ਜਿਹੜੀ ਤੁਸੀਂ ਮਹਿਸੂਸ ਕੀਤੀ ਹੋਈ ਉਹਨਾਂ ਲੋਕਾਂ ਦੇ ਅੰਦਰ? ਕਿਉਂਕਿ ਮੈਂ ਇਹ ਚੀਜ਼ ਓਬਜ਼ਰਵ ਕੀਤਾ, ਇੱਥੇ ਦੇ ਕਲਾਕਾਰ ਜਦੋਂ ਉੱਥੇ ਜਾਂਦੇ ਆ ਨਾ, ਉਹਨਾਂ ਨੂੰ ਐਵੇਂ ਲੱਗਦਾ ਜਿਵੇਂ ਯਾਰ ਸਾਡੇ ਕੋਲ ਪਤਾ ਨਹੀਂ ਕੌਣ ਆ ਗਿਆ। ਨੈਚੁਰਲੀ ਉਹ ਲੋਕ ਬਹੁਤ ਪਿਆਰ ਕਰਦੇ ਜੀ। ਸਭ ਤੋਂ ਵੱਡੀ ਗੱਲ ਤਾਂ ਇਹ ਸੀਗੀ ਕਿ ਅਸੀਂ ਉਸ ਗੁਰਦੁਆਰਾ ਸਾਹਿਬ ਜਾ ਕੇ ਗੁਰੂ ਜੀ ਦੇ ਉੱਥੇ ਕਿੰਨੀਆਂ ਚੀਜ਼ਾਂ ਨੇ ਸਾਡੀ ਧਰਮ ਨਾਲ ਸੰਬੰਧਿਤ, ਵਿਰਾਸਤ ਨਾਲ ਸੰਬੰਧਿਤ ਸਜਦਾ ਕਰਨਾ ਚਾਹੁੰਦੇ ਸੀਗੇ, ਔਰ ਅਸੀਂ ਬਲੈਸਡ ਹਾਂ ਕਿ ਸਾਨੂੰ ਉਹ ਮੌਕਾ ਮਿਲਿਆ। ਔਰ ਜਦੋਂ ਅਸੀਂ ਉੱਥੇ ਗਏ ਉਹਨਾਂ ਲੋਕਾਂ ਦੀ ਸਾਨੂੰ ਮੁਹੱਬਤ ਮਿਲੀ ਅਤੇ ਬਹੁਤ ਵਧੀਆ ਲੱਗਾ। ਚੰਗੇ ਗੁਆਂਢੀਆਂ ਵਾਂਗੂ ਰਹੀਏ, ਇੱਕ ਦੂਜੇ ਦਾ ਸਤਿਕਾਰ ਕਰੀਏ, ਇੱਕ ਦੂਜੇ ਨੂੰ ਪਿਆਰ ਕਰੀਏ, ਮੁਹੱਬਤਾਂ ਵੰਡੀਏ, ਅਸੀਂ ਉਹਨਾਂ ਦੇ ਕੰਮ ਆਈਏ, ਉਹ ਸਾਡੇ ਕੰਮ ਆਉਣ, ਅਤੇ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਦੀ ਜ਼ਿੰਦਗੀ ਜਿਹੜੀ ਹੋਰ ਜ਼ਿਆਦਾ ਸੋਹਣੀ ਹੋਵੇ।